ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਹਰਪ੍ਰੀਤ ਕੌਰ, ਆਪਣੇ ਚੈਨਲ 'ਤੇ ਸਵਾਗਤ ਹੈ। ਅਸੀਂ ਸਾਰੇ ਠੀਕ ਠਾਕ ਹਾਂ ਜੀ, ਵਾਹਿਗੁਰੂ ਦੀ ਕਿਰਪਾ ਨਾਲ। ਤੁਸੀਂ ਵੀ ਠੀਕ ਠਾਕ ਹੋਵੋਗੇ। ਅਤੇ ਜਿਹੜਾ ਟਾਈਮ ਹੈ ਜੀ, 3:00 ਵੱਜ ਚੁੱਕੇ ਨੇ, 3 ਤੋਂ 3 ਹੋ ਗਿਆ, 2-4 ਮਿੰਟ ਟਾਈਮ। ਹੁਣ ਚਾਹ ਕਰਕੇ ਪੀਤੀ ਹੈ। ਸਰਦਾਰ ਜੀ ਗਏ ਹੋਏ ਨੇ ਜੀ ਖੇਤ, ਕਿਉਂਕਿ ਮੱਕੀ 'ਚ ਰੇਹ ਸਿੱਟਣਾ, ਮੱਕੀ ਰਵਾਉਣੀ ਹੈ। ਪਹਿਲਾਂ 2-3 ਦਿਨ ਆਪਾਂ ਤੁਰੇ ਫਿਰੇ ਰਿਸ਼ਤੇਦਾਰੀ 'ਚ, ਭੈਣ ਦੀ ਸੱਤ 'ਤੇ ਜਾ ਕੇ ਆਇਆ। ਥੋੜ੍ਹੀ ਜਿਹੀ ਮੱਕੀ 1-2 ਦਿਨ ਲੇਟ ਹੀ ਹੋ ਗਈ। ਪਹਿਲਾਂ ਆਪਦੇ ਕਬੀਲਦਾਰੀ ਦੇ ਕੰਮ ਗਏ 2 ਦਿਨ, ਫਿਰ ਭੈਣ ਦੀ ਸੱਤ 'ਤੇ ਗਏ, ਹੈ ਨਾ। ਥੋੜ੍ਹੀ ਜਿਹੀ ਅੱਜ ਮੱਕੀ ਲੇਟ ਹੋ ਗਈ। ਅੱਜ ਸਰਦਾਰ ਜੀ ਰਵਾਉਂਦੇ ਨੇ ਜੀ ਮੱਕੀ, ਮੱਕੀ 'ਚ ਛਿੜਦੇ ਨੇ ਰੇਹ। ਅਤੇ ਆਪਾਂ 1-2 ਭੈਣਾਂ ਦੇ ਜਵਾਬ ਦਿੰਦੇ ਹਾਂ ਕਮੈਂਟਾਂ ਦੇ। ਅਤੇ ਇੱਕ ਭੈਣ ਗਏ ਨੇ ਕਿ ਕਮੈਂਟ ਕੀਤਾ, ਦੀਦੀ ਤੁਸੀਂ ਸੇਵੀਆਂ ਰੈਸਪੀ ਦਿਓ। ਸੇਵੀਆਂ ਰੈਸਪੀ ਦੁੱਧ ਵਾਲੀਆਂ ਦੀ, ਬਸ ਦੁੱਧ ਉਬਾਲ ਕੇ, ਹੈ ਨਾ, ਤੁਸੀਂ ਵਿੱਚ ਪਾ ਲਓ ਸੇਵੀਆਂ। 2 ਵਾਲੀਆਂ 'ਚ ਸੇਵੀਆਂ ਪੱਕ ਜਾਣਗੀਆਂ, ਫਿਰ ਖੰਡ ਪਾ ਕੇ ਬਸ ਲਾ ਲਿਓ। ਜਿੱਦਾਂ ਵੀ ਮੈਂ ਸੇਵੀਆਂ ਬਣਾਈਆਂ ਤੁਹਾਨੂੰ ਦੱਸੂੰਗੀ। ਪਰ ਹੁਣ ਮੈਂ ਬੱਚਿਆਂ ਨੂੰ ਕਹਿਣੀ ਆ, ਮੈਂ ਦੁਪਹਿਰੇ ਦੁੱਧ ਵਾਲੀਆਂ ਸੇਵੀਆਂ ਬਣਾ ਰਿਹਾ ਕਰੂੰ, ਪਰ ਖਾਂਦੇ ਨਹੀਂ ਹੈਗੇ ਕਿਉਂਕਿ ਗਰਮੀ ਬਾਹਲੀ ਆ, ਹੈ ਨਾ। ਹੁਣ ਦੁੱਧ ਕਿੱਥੇ ਪੀਤਾ ਨਹੀਂ ਜਾਂਦਾ, ਗਰਮੀ 'ਚ ਮਿੱਠੇ ਵਾਲੀ ਚੀਜ਼ ਖਾਧੀ ਨਹੀਂ ਜਾਂਦੀ। ਮੈਂ 1-2 ਰੈਸਪੀਆਂ ਬਣਾਉਣੀਆਂ ਤਾਂ ਹੈਗੀਆਂ ਸੀ, ਪਰ ਜਿਹੜੀ ਗਰਮੀ ਆ ਬਹੁਤ ਜ਼ਿਆਦਾ ਹੈਗੀ, ਫਿਰ ਮੈਂ ਗਰਮੀ ਤੋਂ ਡਰ ਜਾਂਦੀ ਹਾਂ, ਕਿਉਂਕਿ ਦੁਪਹਿਰੇ 1 ਤੋਂ ਪੜਦਾ ਹੁੰਦੀ ਹੈ, ਧੁੱਪ ਹੁੰਦੀ ਹੈ, ਅਤੇ 1 ਗਰਮੀ ਜਾ ਰਿਹਾ, ਰਸੋਈ ਤੋਂ ਹੀ ਸਾਹ ਬੰਦ ਹੁੰਦਾ, ਛੇਤੀ ਛੇਤੀ ਰੋਟੀ ਬਣਾ ਕੇ ਬਾਹਰੇ ਨਿਕਲ ਦਿਆਂਗੇ। ਅਤੇ ਕੁਛ ਮੈਂ ਇਕੱਲੀ ਰਹੇਗੀ, ਹੈ ਨਾ, ਤੁਹਾਨੂੰ ਪਤਾ ਹੀ ਹੈ। ਬੱਚਿਆਂ ਨੂੰ ਛੁੱਟੀਆਂ ਹੋਈਆਂ ਸੀਗੀਆਂ ਤਾਂ ਬੱਚੇ ਟਿਊਸ਼ਨ 'ਤੇ ਵਗ ਜਾਂਦੇ ਨੇ, ਟਿਊਸ਼ਨ 4:30 ਵਜੇ ਜਾਂਦੀਆਂ ਨੇ ਅਤੇ ਆਉਂਦੀਆਂ ਨੇ ਇਹ 10 ਵਜੇ, ਅਤੇ ਉਦੋਂ ਮੇਰੇ ਸਾਰੇ ਔਖ ਸੌਖੇ ਕੰਮ ਕਰ ਲੈਂਦੀ ਆਂਗੀ, ਅਤੇ ਸੁਨੇਹਾ ਜਾਂਦੇ ਨੇਗੇ। ਬਾਕੀ 1 ਭੈਣ ਨੇ ਕਮੈਂਟ ਕੀਤਾ ਸੀਗਾ, ਕਹੀ ਦੀਦੀ ਅਸੀਂ ਕੂਲਰਾਂ ਤੋਂ ਹਾਂ, ਅਤੇ ਕੁਲਦੀਪ ਕੌਰ ਆ ਉਹਦਾ ਨਾਮ। ਧੰਨਵਾਦ ਭੈਣੇ, ਤੁਸੀਂ ਨਵੇਂ ਜੁੜੇ ਹੋ ਸਾਨੂੰ, ਹੈ ਨਾ। ਤੁਸੀਂ ਕਹਿ ਰਹੇ ਹੋ ਵੀ ਪੁਰਾਣਿਆਂ ਨੇ ਤੁਸੀਂ ਨਾ ਬੋਲੀਆਂ ਨੇ, ਨਵੇਂ ਨਾ ਬੋਲੇ ਨਾ ਜੀ, ਸਾਨੂੰ ਸਾਰੇ ਇੱਕ ਸਮਾਨ ਹੀ ਨੇ। ਵਧੀਆ ਤੁਸੀਂ ਨਾਲ ਜੁੜਦੇ ਹੋ ਸਾਨੂੰ, ਉਦੋਂ ਵੀ ਵਧੀਆ ਹੌਸਲਾ ਹੁੰਦਾ ਵੀ ਸਾਡੇ ਨਾਲ ਭੈਣ ਜੁੜ ਗਈ, ਕਮੈਂਟ ਨਵੇਂ ਆਈਡੀ ਤੋਂ ਆਇਆ, ਹੈ ਨਾ। ਅਤੇ ਬਹੁਤ ਵਧੀਆ ਲੱਗਦਾ ਹੈਗਾ ਜਦੋਂ ਭੈਣ ਭਾਈ ਨਾਲ ਜੁੜਦੇ ਨੇਗੇ। ਅਤੇ ਧੰਨਵਾਦ ਭੈਣ, ਵੀਡੀਓ ਦੇਖ ਰਹੀ ਹਾਂ। ਲਓ ਜੀ, ਤੁਸੀਂ ਬਹੁਤ ਸਾਰੇ ਕਈ ਵੀਡੀਓ 'ਚ ਕਮੈਂਟ ਕਰਦੇ ਹੋ, ਮੇਰਾ ਨਾਮ ਬੋਲ ਦਿਓ, ਨਾਮ ਬੋਲ ਦਿਓ, ਬਸ ਭੁੱਲ ਜਾਣਾ ਜੀ, ਹੈ ਨਾ। 1 ਗਰਮੀ ਨੇ ਮੱਤ ਮਾਰ ਰੱਖੀ ਹੈਗੀ। ਅਤੇ 1 ਭੈਣ ਨੇ ਪੁੱਛਿਆ ਸੀ ਵੀ ਦੀਦੀ ਤੁਸੀਂ ਸਵੇਰ ਵੇਲੇ ਦਹੀਂ, ਮੈਂ ਕਈ ਵਾਰ ਸੁਣਿਆ ਤੁਹਾਨੂੰ, ਤੁਸੀਂ ਸਵੇਰ ਵੇਲੇ ਦਹੀਂ ਕਿਉਂ ਜਮਾਉਂਦੇ ਹੋ? ਦੇਖੋ ਜੀ, ਸਵੇਰ ਵੇਲੇ ਮੈਂ ਦਹੀਂ ਇਸ ਤਰ੍ਹਾਂ ਜਮਾਉਂਦੀ ਹਾਂ ਕਿਉਂਕਿ ਜਦੋਂ ਮੈਂ 6 ਵਜੇ ਦਹੀਂ ਜਮਾ ਦੇਣੀ, ਉਹ 8 ਵਜੇ ਨੂੰ, 8:30 ਵਜੇ ਨੂੰ ਜੰਮ ਜਾਂਦੀ ਹੈ। ਜੇ ਆਪਾਂ 8 ਨੇ ਜਮਾਉਣੇ ਆਗੇ 7:15 ਵਜੇ, ਫਿਰ ਉਹ 2-3 ਘੰਟੇ ਨੂੰ ਆਪਾਂ ਉਹਨੂੰ ਪੈ ਜਾਂਦੇ, ਸੌ ਜਾਣੇ, ਆਪਾਂ ਨੂੰ ਯਾਦ ਨਹੀਂ ਰਹਿੰਦੀ ਰੱਖਣੀ ਫਰਿੱਜ ਦੇ ਵਿੱਚ। ਤਾਂ ਕਰਕੇ ਮੈਂ ਸਵੇਰੇ ਜਮਾ ਕੇ ਰੱਖ ਲੈਣੀ ਹਾਂ ਦਹੀਂ, ਕਿਉਂਕਿ ਫਿਰ ਜੇ ਆਪਾਂ ਰਾਤ ਨੂੰ, ਫਿਰ ਸਾਰੀ ਰਾਤ ਹੀ ਪਈ ਰਹਿੰਦੀ ਹੈ ਬਾਹਰੇ, ਫਿਰ ਉੱਠਣ ਜਾਂਦੇ ਹਾਂ ਸਵੇਰ ਵੇਲੇ। ਹੁਣ ਗਰਮੀ ਜ਼ਿਆਦਾ ਹੋ ਗਈ, ਸਵੇਰ ਨੂੰ ਜਦੋਂ ਉੱਠਦੇ ਹਾਂ ਨਾ, ਉੱਠਣੀ ਪਈ ਹੁੰਦੀ ਹੈਗੀ, ਅਤੇ ਇਸ ਕਰਕੇ ਮੈਂ ਸਵੇਰੇ ਜਮਾ ਲੈਣੀ ਹੈ ਦਹੀਂ। ਜੇ 6 ਵਜੇ ਜਮਾ ਲੈਣੀ ਤਾਂ 8:30 ਵਜੇ ਨੂੰ ਦਹੀਂ ਜੰਮ ਜਾਂਦੀ ਹੈਗੀ, ਤਾਂ ਮੈਂ ਫਰਿੱਜ ਦੇ ਵਿੱਚ ਰੱਖ ਦੇਣੀ ਹਾਂ, ਨਹੀਂ ਦੁਪਹਿਰੇ ਕੰਮ ਆ ਜਾਂਦੀ ਹੈਗੀ, ਨਹੀਂ ਤੜਕੇ ਲੱਸੀ ਬਣਾ ਲੈਣਾ। ਲੱਸੀ ਅਸੀਂ ਰਿੜਕ ਦੇਣੀ, ਨਹੀਂ ਗਰਾਈਂਡਰ ਨਾਲ ਹੀ ਬਣਾ ਲੈਣਾ, ਕਿ ਉਹ ਆਪਣੇ ਵਾਧੂ ਹੋ ਜਾਣਾ ਮਲਾਈ ਮਲੂਈ ਦਾ ਹੀ, ਕਿਉਂਕਿ ਛੋਟੇ ਟੱਬਰਾਂ 'ਚ ਇਸ ਤਰ੍ਹਾਂ ਕਿ ਬਣ ਜਾਂਦਾ, ਕਿਉਂਕਿ ਦੁੱਧ ਫਿਰ ਬੰਦੇ ਲੇਬਰ ਵੱਧ ਰਹਿੰਦੀ ਹੈ। ਹੁਣ ਤਾਂ ਬਸ ਦੁੱਧ ਵੀ ਥੋੜ੍ਹਾ ਰੱਖ ਦਿਆਂਗੇ, ਬੀਬੀ ਵੀ ਉੱਧਰ ਭੱਗ ਗਈ, ਹੈ ਨਾ, ਬੱਚੇ ਵੀ ਬਸ ਜਿਹੋ ਜਿਹੀ ਮੈਂ ਚਾਹ ਬਣਾਉਣੀ ਉਹੋ ਜਿਹੀ ਪੀ ਲੈਂਦੇ ਨੇ, ਅੱਗੇ ਇਹਨਾਂ ਨੂੰ ਦੁੱਧ 'ਚ ਪੱਤੀ ਪੁੱਤੀ ਪਾ ਲੈਂਦੀ। ਹੁਣ ਗਰਮੀ ਕਰਕੇ ਚਾਹ ਵੀ ਨਹੀਂ ਪੀਂਦੇ ਘਰੇ,
ਮੈਂ ਬਸ ਕਦਲਾ ਠੰਡਾ ਪਾਣੀ ਪੀ ਲਿਆ, ਘਰੇ ਨਿੰਬੂ ਪਾਣੀ ਪੀ ਲਿਆ, ਹੈ ਨਾ, ਇਸ ਤਰ੍ਹਾਂ ਬਸ ਪੀ ਲੈਣੇ ਨੇ ਬੱਚੇ ਵੀ। ਤਾਂ ਕਰਕੇ ਹੁਣ ਦੁੱਧ ਵੀ ਮੈਂ ਥੋੜ੍ਹਾ ਰੱਖਦੀ ਹਾਂ, ਕਿਉਂਕਿ ਫਿਰ ਵਿਆਹ 'ਤੇ ਵਿਆਹ ਜਿਹਾ ਵਧੀਆ ਨਹੀਂ ਲੱਗਦਾ ਪੀਣਾ। ਅਤੇ ਆਥਣੇ ਵੀ ਅਸੀਂ ਹੁਣ ਕੱਚੀ ਲੱਸੀ ਬਣਾਉਂਦੇ ਹਾਂ, ਦੁੱਧ ਪੀਤਾ ਨਹੀਂ ਜਾਂਦਾ ਗਰਮੀ ਕਰਕੇ। ਬਸ ਮੈਂ ਓਨਾ ਹੀ ਦੁੱਧ ਬਾਲਦੀ ਹੈਗੀ ਜਿੰਨਾ ਕੁ ਲੋੜ ਹੁੰਦੀ ਆ। 2 ਕਿਲੋ ਦੁੱਧ ਨਾਲ ਹੁਣ ਸਾਨੂੰ ਸਰ ਜਾਂਦਾ ਹੈਗਾ। ਅਤੇ ਜਦੋਂ ਚੱਲ ਹੁਣ ਛੁੱਟੀਆਂ ਕਰਕੇ ਬੱਚੇ ਆਉਣਗੇ ਔਰ ਵੱਧ ਬਾਲ ਲਿਆ ਕਰਾਂਗੇ। ਅਤੇ ਗੁਰਲੀਨ ਕਹਿੰਦੀ ਸੀ ਆਉਣ ਨੂੰ, ਅਤੇ ਰਿਪਨਦੀਪ ਕਹਿੰਦਾ ਸੀ ਆਉਣ ਨੂੰ, ਕਹਿੰਦੀ ਸਾਨੂੰ ਟਿਊਸ਼ਨ ਤੋਂ ਛੁੱਟੀਆਂ ਹੋ ਜਾਣਗੀਆਂ ਮਾਸੀ 9 ਤਰੀਕ ਨੂੰ, ਔਰ ਆਵਾਂਗਾ ਕੋਈ ਨਾ ਭਾਈ, ਫੋਨ ਕਰ ਦਿਓ ਜੇ ਛੁੱਟੀਆਂ ਹੋ ਗਈਆਂ, ਤੁਹਾਡੇ ਮਾਸੜ ਜੀ ਤੁਹਾਨੂੰ ਲੈ ਜਾਣਗੇ ਆ ਕੇ। ਅਤੇ ਉਹ ਆ ਜਾਣ, ਉਹ ਆਉਣਗੇ। ਅਤੇ ਚਲ ਫਿਰ ਆਪਾਂ ਵੱਧ ਰੱਖ ਲਿਆ ਕਰਾਂਗੇ ਸੁੱਖ ਨਾਲ ਦੁੱਧ। ਆਪਣੇ 2 ਮੱਝਾਂ ਦਿੰਦੀਆਂ ਨੇ ਅਤੇ 2 ਸੂਣ ਵਾਲੀਆਂ ਨੇਗੀਆਂ, ਜਿਹੜੀ ਇੱਕ ਬਸ ਹੁਣ ਤੋਕੜ ਜੀ ਹੈਗੀ ਉਹਨੂੰ ਲੱਗਿਆ ਹੋਇਆ, 7ਵਾਂ ਮਹੀਨਾ ਲੱਗ ਜੂ ਹੁਣ, ਅਤੇ ਮਹੀਨਾ ਤਾਂ ਉਹ ਵੀ ਦਿਓਗੀ, ਫਿਰ ਮਾਂਗਰ ਦੀ ਮਾਂਗਰ ਉਹਦੇ ਸੂੰਦੇ ਸੂੰਦੇ ਉਹਦਾ ਨੇੜਾ ਆਜੂ। ਸੁੱਖ ਨਾਲ ਦੁੱਧ ਨਾਲ ਦੁੱਧ ਰਲੀ ਜਾਂਦਾ ਮਾਂਗਰ ਦੀ ਮਾਂਗਰ, ਹੈ ਨਾ। ਵਾਹਿਗੁਰੂ ਦੁੱਧ ਅਤੇ ਪੁੱਤ ਸਭ ਨੂੰ ਦੇਵੇ। ਇਸ ਕਰਕੇ ਜਮਾਉਣੀ ਆ ਭੈਣ ਮੈਂ ਸੁਨੇਹਾ ਦਹੀਂ, ਧੰਨਵਾਦ ਤੁਹਾਡਾ, ਹੈ ਨਾ। ਤੁਸੀਂ ਵੀ ਜੇ ਤੁਹਾਡੀ ਦਹੀਂ ਉੱਠਣ ਦੇ ਸਵੇਰ ਵੇਲੇ ਜਮਾ ਲਿਆ ਕਰੋ, ਫਿਰ ਫਰਿੱਜੇ ਟਿਕ ਜਾਂਦੀ ਆ, ਆਪਾਂ ਨੂੰ ਫਿਰ ਨੀਂਦ ਆ ਜਾਂਦੀ ਹੈਗੀ, ਆਪਾਂ ਨੂੰ ਫਿਰ ਯਾਦ ਨਹੀਂ ਰਹਿੰਦੀ, ਹੈ ਨਾ, ਸੁੱਤੇ ਪਿਆਂ ਨੂੰ ਵੀ ਦਹੀਂ ਜਮਾਈ ਹੋਈ ਸੀਗੀ। ਜੇ ਆਪਾਂ ਏ ਸੀ ਵਾਲੇ ਕਮਰੇ 'ਚ ਧਰਦੇ, ਏ ਸੀ ਵਾਲੇ ਕਮਰੇ 'ਚ ਹੁਣ ਠੰਡ 'ਚ ਜੰਮਦੀ ਹੈਗੀ ਦਹੀਂ, ਮੈਂ ਤਾਂ ਫਿਰ ਸਵੇਰ ਵੇਲੇ ਅਸੀਂ ਸਾਰੀ ਗਰਮੀ ਗਰਮੀ ਫਿਰ ਅਸੀਂ ਸਵੇਰ ਵੇਲੇ ਹੀ ਦਹੀਂ ਜਮਾ ਲੈਣੇ ਜਦੋਂ ਵੱਧ ਗਰਮੀ ਪੈਣ ਲੱਗ ਜਾਂਦੀ ਹੈ। ਹੁਣ ਮੈਨੂੰ 15-20 ਦਿਨ ਹੋ ਗਏ ਅਤੇ ਮਹੀਨੇ ਵਾਂਗੂ ਹੀ ਹੋ ਗਿਆ, ਮੈਂ ਸਵੇਰੇ ਹੀ ਜਮਾ ਲੈਣੀ ਦਹੀਂ, ਅਤੇ ਹਜੇ ਫਿਰ ਮੈਂ ਜਮਾਊਂਗੀ ਜਿੰਨਾ ਚਿਰ ਬਹੁਤ ਲੋ ਪੈਂਦੀ ਆ ਉੱਠਣ ਦੀ ਆ ਦਹੀਂ, ਉਨਾ ਚਿਰ ਮੈਂ ਸਵੇਰ ਵੇਲੇ ਹੀ ਜਮਾਊਂਗੀ। ਅਤੇ ਫਿਰ ਜੇ ਧਰ ਦੇਣੀ ਫਿਰ ਲੱਸੀ ਬਣਾਉਣੇ ਤਾਂ ਸਵੇਰੇ ਖੱਟੀ, ਫਿਰ ਮੈਂ ਗਰੈਂਡਰ ਨਾਲ ਹੀ ਬਣਾ ਲੈਣੀ, ਮਲਾਈ ਲਾ ਕੇ ਫਿਰ ਦਹੀਂ ਜਮਾਉਣੀ ਹੈਗੀ, ਨਹੀਂ ਫਿਰ ਖਾਧੀ ਜਾਂਦੀ ਹੈ ਦਹੀਂ ਉਬਾਲੇ ਹੋਏ ਦੁੱਧ ਦੀ, ਮਲਾਈ ਲਾ ਕੇ। ਵੈਸੇ ਤਾਂ ਬੜੇ ਉਬਲੇ ਹੋਏ ਦੁੱਧ ਦੀ ਵੀ ਬਣਦੀ ਹੈ ਮਲਾਈ, ਅਤੇ ਮੈਂ ਨਾ ਮਲਾਈ ਲਾ ਕੇ ਬਣਾਉਣੀ ਹੈਗੀ, ਫਿਰ ਪਾਣੀ ਨਹੀਂ ਪਾਉਣੀ ਦੁੱਧ 'ਚ, ਅਤੇ ਪਹਿਲਾਂ ਨਹੀਂ ਬਰਫੀਆਂ ਕੱਟ ਲੈ ਦਹੀਂ ਦੀਆਂ, ਫਿਰ ਇਸ ਤਰ੍ਹਾਂ ਵਧੀਆ ਵਧੀਆ ਜੰਮਦੀ ਹੈਗੀ। ਅਤੇ ਬਰਫੀ ਵਾਂਗੂ ਕੱਟ ਲਾ ਪਹਿਲਾਂ ਦੀਆਂ, ਪੀਸ ਬਣ ਜਾਂਦੇ ਨੇ ਮੱਝ ਦੀ ਦੁੱਧ ਦੇ, ਤਾਂ ਕਿਉਂਕਿ ਇੱਕ ਮੈਂ ਤੋਕੜ ਮੱਝ ਦਾ ਦੁੱਧ ਰੱਖਦੀ ਹਾਂ ਘਰੇ, ਸੱਜਰ ਦਾ ਅਸੀਂ ਪਾ ਦਿੰਦੇ ਹਾਂਗੇ, ਉਦੋਂ ਸੱਜਰ ਤਾਂ ਉਹ ਕਿਹੜੀ ਹੋ ਗਏ 2 ਮਹੀਨੇ ਸੂਈ ਨੂੰ, ਤਾਂ ਵੀ ਫਿਰ ਸੱਜਰ ਹੀ ਵੱਜਦੀ ਹੈ, ਹੈ ਨਾ। ਹਜੇ ਤਾਂ ਇਹਨਾਂ 'ਚ ਕੋਈ ਦੂਜੀਆਂ ਸੂਦੀਆਂ ਨਹੀਂ, ਕੋਠੇ ਦੀ ਦੂਜਾ ਪਾਉਣ। ਚਲੋ ਜੀ ਹੁਣ ਮੈਂ ਨਾ ਸੁਣ ਬਾਅਦ 'ਚ ਮਿਲਦੀ ਹਾਂ, ਮੈਂ ਮੱਝਾਂ ਨੂੰ ਅੰਦਰਲੇ ਸਾਈਡ 'ਚ ਬੰਨ੍ਹ ਕੇ ਪੱਖੇ ਪੁੱਖੇ ਲਾਇਆ ਵਾਂ, ਦਾਣਾ ਵੱਲ ਪਾ ਕੇ ਸੰਨੀ ਸੁੰਨੀ ਲਾ ਕੇ ਉਹਨਾਂ ਨੂੰ ਬੰਨਿਆ ਵਾ, ਹੈ ਨਾ। ਫਿਰ ਮਿਲਦੇ ਹਾਂਗੇ, ਫਿਰ ਕਰਦੇ ਆਪਾਂ ਗੱਲਾਂ ਬਾਤਾਂ। ਅਤੇ ਧੰਨਵਾਦ ਤੁਹਾਡਾ, ਤੁਸੀਂ ਹੈ ਨਾ ਭੈਣ ਦੀ 7ਵੀਆਂ ਵਧਾਈਆਂ ਦਿੱਤੀਆਂ, ਸਾਰੇ ਰਲ ਮਿਲ ਕੇ ਹਾਸੀ ਖੇਡੀ ਕਰਕੇ ਚੌੜ ਚੜਿੱਤੀਆਂ ਆਪਾਂ ਆਪਣੇ ਘਰਾਂ ਨੂੰ ਆ ਗਏ, ਅਤੇ ਵਧੀਆ ਜੀ ਬਹੁਤ ਵਧੀਆ ਹੋ ਗਿਆ। ਅਤੇ ਆਪਾਂ ਭੈਣ ਭਾਈਆਂ ਦੀ ਖੁਸ਼ੀ ਮਨਾਵਾਂਗੇ ਤਾਂ ਆਪਣੀ ਮਨਾਵਾਂਗੇ। ਹਾਂ ਪੀ ਲੈ, ਮੈਂ ਪੀ ਲਈ ਅਤੇ ਚਾਹ ਪੀਤੀ ਆ ਹੁਣ, ਸੁਖਮਾ ਰਹਿੰਦੀ ਸੀ ਕਹਿੰਦੀ ਤੂੰ ਪੀ ਲਾ, ਮੈਂ ਨਾ ਮੈਂ ਤਾਂ ਪੀ ਲਈ। ਚਲੋ ਜੀ ਆਪਾਂ ਫਿਰ ਮਿਲਦੇ ਤੁਹਾਨੂੰ, ਚੰਗਾ ਮੱਝਾਂ ਬੰਨਗੇ। ਉਹ ਜੀ ਜਿਹੜੇ ਆਪਣਾ ਹੈ ਨਾ ਮੱਝਾਂ ਬੰਨਿਆ ਇੱਕ ਅੱਖਾਂ 'ਤੇ ਗੋਹੇ ਦੀਆਂ ਢੇਰੀਆਂ ਲਾਇਆ ਕਿਉਂਕਿ ਧੁੱਪ ਬਹੁਤ ਸੀਗੀ, ਦਾਲ ਰਿੱਝਣੀ ਤਰੇਈ, ਦਾਲ ਪੱਤਰੀ, ਦਲੇ ਹੋਏ ਛੋਲੇ ਅਤੇ ਹਰੀ ਮੂੰਗੀ ਮਿਕਸ। ਅਤੇ ਹੁਣ ਮੈਂ ਜੀ ਨੇ ਦਮ ਲੈ ਲੂੰਗੀ, ਨੇ ਮੈਂ ਲਸਣ ਪਾਣੀ 'ਚ ਹੀ ਭਿਉਂ ਲਿਆ, ਗੰਢੇ ਵੀ ਛਿਲਕਾ ਨਹੀਂ ਉੱਡੂਗਾ ਵਾਵਾ ਥੱਲੇ ਪੱਖੇ ਥੱਲੇ, ਅਤੇ ਗਿੱਲਾ ਕਰ ਲਈ ਨੇ ਲਸਣ, ਪਿਆਜ਼ ਕਹੋਗੇ ਤਾਂ ਗੰਢੇ ਕਹੋਗੇ, ਪਿੰਡਾਂ 'ਚ ਤਾਂ ਗੰਢੇ ਹੀ ਕਹਿ ਦੇਣੇ, ਪਿਆਜ਼ ਵੀ ਕਹਿ ਦੇਣੇ, ਥੋੜ੍ਹੇ ਸੀਜ਼ਾਂ ਕਹਿ ਦੇਣੇ, ਨੇ ਆਪਾਂ ਨੂੰ ਦਾਣਾ ਆ ਜੂ, ਅਤੇ ਆਪਾਂ ਲਸਣ ਲੁਸਣ ਛਿੱਲ ਲੈਣੇਗੇ, ਬਸ ਉਹ ਤਾਂ ਖੇਤੋਂ ਪਿਆਜ਼ ਆ ਜਾਣਗੇ ਗੰਢੇ।
ਅਤੇ ਨਾ ਜਿਹੜਾ ਪੱਟਿਆ ਸੀ 10 ਨੂੰ ਗੱਡੀਆਂ ਜਿਹੀਆਂ ਖਿੰਡ ਗਈਆਂ ਸੀ ਉਹ ਮੈਂ ਅੱਡ ਬੋਟੀ 'ਚ ਪਾ ਲਿਆ, ਅਤੇ ਬੋਟੀ 'ਚ ਪਾਏ ਤੋਂ ਬਾਅਦ 'ਚ ਨਾ ਬਰੀਕ ਜਿਹਾ ਲਸਣ ਹੈਗਾ ਜੀ, ਛਿੱਲਣ 'ਤੇ ਬਹੁਤ ਟਾਈਮ ਲੱਗਦਾ ਬਰੀਕ ਲਸਣ, ਗਰਮੀ ਵਾਲੀ ਮੇਰਾ ਜੀ ਜਾਣੀ ਕਰੇ ਹਾਰੇ 'ਚ ਗੋਰੇ ਪਾਉਣ ਨੂੰ, ਮਹਾਂ ਚੱਲ ਜੋਤੀ ਧਰਨੇ ਚੁੱਲ੍ਹੇ 'ਚ ਘੱਟ ਕਰਕੇ ਧਰਿਆ ਜੀ, ਹੌਲੀ ਹੌਲੀ ਜਦੋਂ ਖਾਣੀ ਆ ਰੋਟੀ ਤਾਂ ਖਾਵਾਂਗੇ ਅਸੀਂ 8 ਵਜੇ, ਸਾਰਾ ਮੱਝਾਂ ਨਮੇੜ ਕੇ ਫਿਰ ਮੈਂ ਰੋਟੀ ਲੱਗ ਪਈ ਹਾਂ। ਸ਼ੁੱਧ ਬਾਅਦ ਸਾਂਭ ਦਿਆਂਗੇ, ਬਹੁਤ ਇਕੱਲੀ ਜਣੀ ਨੂੰ ਕੰਮ ਬਹੁਤ ਰਹਿੰਦੇ ਨੇ ਪੰਗੇ, ਇਕੱਲੀ ਜਾਣ ਨੂੰ ਨਿੱਤ ਨਵੇਂ ਨੇ ਬਹੁਤ ਪੰਗੇ ਹੋ ਜਾਂਦੇ ਨੇ ਇਕੱਲੇ। ਇੱਕ ਤਾਂ ਨਾ ਮਖਿਆਲ ਖਾਨਾ ਤਾਂ ਪਾ ਲੈਂਦਾ ਹੈਗਾ, ਇਹ 'ਚ ਆਪਾਂ ਅੱਧਾ ਦੁੱਧ ਅੱਧਾ ਪਾਣੀ ਕਰਕੇ ਲੱਸੀ ਪੀਵਾਂਗੇ, ਆਹ ਪਕਵਾਈ ਦੇਵਾਂਗੇ, ਦਹੀਂ ਜਮਾਵਾਂਗੇ ਕਰਕੇ, ਚਾਹ ਬਣਾਵਾਂਗੇ ਕੱਲ੍ਹ ਨੂੰ ਸਾਰਾ ਦਿਨ ਇਹਦੀ। ਇਹ 'ਚ ਕੁਛ ਆਪਾਂ ਬਰਫ ਪਾ ਲਾਂਗੇ, ਅਤੇ ਆਹ ਗੁਰਮੁਖ ਸੁਖਮਨ ਦੁੱਧ ਧਰਿਆ ਹੋਇਆ ਸਿਰ ਤੇ ਆਉਣ ਖੜਾਉਣਾ ਦੁੱਧ ਕੋਲੇ, ਅਸੀਂ ਮੈਂ ਸਬਨ ਨਹੀਂ ਲੈਣਾ, ਦੁੱਧ ਨਾ ਕੱਢ ਦਿਓ ਜਾਂ ਮੈਂ ਸਬਨ ਲੈ ਦੋ ਹੈ, ਬੁੜੀ ਵਾਲੇ ਕੰਮ ਕਰ ਲਓਗੇ ਬੰਦੇ ਵਾਲੇ ਨਹੀਂ ਫਰਕ ਕਰਦੇ ਹੈ ਸੱਚੀ। ਹਾਂ ਫਿਰ ਮੈਂ ਸਬਨ ਨਹੀਂ ਲੈਣਾ, ਕੱਖ ਤਾਂ ਟਾਈਮ ਪਾਉਣੇ ਨੇ, ਮੈਂ ਨਹੀਂ ਪਾਉਣੇ ਕੱਖ, ਅੱਜ ਨਾ ਹੂੰ ਕਹਿ ਕੇ 4 ਮਿੰਟ ਪੱਟ ਕੇ ਗਏ ਮੈਂ, ਫਿਰ ਮੈਂ ਸੰਨੀ ਠੋਕੀ ਸਾਰਿਆਂ ਨੂੰ, ਆਪਾਂ ਤਾਂ ਸੰਨੀ ਠੋਕੀ ਸਾਰਿਆਂ ਨੂੰ ਟੈਂਕੀ ਬੰਦ ਕਰਕੇ ਆਈ ਬੱਟਾ, ਲੋ ਜੀ ਆ ਦਾਲ ਨਿਕਲਦੀ ਟਿਕੌਲੀਆਂ ਚ ਪਾਤੀ, ਬਾਹਲੀ ਤੱਤੀ ਇਹਨੇ ਠੰਡੀ ਹੋ ਜੂ ਖਾਣ ਵੇਲੇ ਨੂੰ, ਇਹ ਆਪਾਂ ਕੁਸਕ ਫਰਿੱਜ ਟਿਕ ਜੂ ਤਾਂ ਕਰਕੇ ਮੈਂ ਨਾ ਕੱਢਤੀ, ਅਤੇ ਇਹ ਠੰਡੀ ਹੋ ਜੂਗੀ, ਨਾ ਫਰਿੱਜ ਧਰਨ ਵਾਲੀ ਠੰਡੀ ਹੋ ਜੂ, ਨਾ ਆਹ ਖਾਣ ਵਾਲੀ ਠੰਡੀ ਹੋ ਜੂ, ਨਾ ਦੁੱਧ ਨੂੰ ਬਾਲੀ ਆ ਜੂ ਆਪਣੇ ਮੱਝਾਂ ਬੰਨਦੇ ਬੰਨਦੇ, ਇਹ 'ਚ ਮੈਂ ਵਰਤ ਪਾਉਣੀ ਆਗੀ, ਮੱਝਾਂ ਬੰਨ ਕੇ ਭਾਂਡੇ ਮਾਨ ਕੇ ਆਟਾ ਗੁੰਨ ਕੇ ਜੋਤ ਲਾ ਕੇ ਫਿਰ ਰੋਟੀ ਲੱਗੂ, ਤੁਹਾਨੂੰ ਬਸ ਪਤਾ ਹੀ ਆ ਇਕੱਲਿਆਂ ਦੀ ਮੈਂ ਨਾ ਪੁੱਛ, ਹਾਈ ਮੈਂ ਆਟਾ ਗੁੰਨਣਾ ਕੋਈ ਨਾ ਗਰਮੀਆਂ 'ਚ ਸਿਆਲ 'ਚ ਲਾ ਲਾ, ਸਿਆਲ 'ਚ ਲਾ ਲਿਆ ਕਰੀ ਪੁੱਤ, ਗਰਮੀਆਂ ਦਾ ਦੌਰਾ ਪੈ ਜੂ ਉੱਥੇ, ਐਂ ਕਰ ਸੁਖਮਨ ਆਹ ਆਪਣਾ ਕੋਠੇ ਵਾਲਾ ਕੈਂਪਰ, ਆਹ ਕੋਠੇ ਵਾਲੇ ਕੈਂਪਰ ਦੀ ਬਰਫ, ਆਹ ਹੁਣ ਪੀਵਾਂਗੇ ਜਦੋਂ ਥੋੜ੍ਹੀ ਬਰਫ ਰਹੇਗੀ ਫਿਰ ਪਾ ਕੇ ਲੱਸੀ 'ਚ ਪਾ ਲਾਂਗੇ, ਅਤੇ ਇਹਦੇ ਨਾ ਉਹ ਕਰਦੇ ਚੱਲ ਫਿਰ ਆਹ ਕੀ ਕਰਾਂਗੇ ਬਰਫ ਨਿਕਲ ਆਊ ਹੈ ਨਾ, ਨਹੀਂ ਤਾਂ ਆਹ ਦੁੱਧ ਨਾ ਕੱਢ ਦਿਓ, ਹੁਣ ਤੁਹਾਡੀ ਜ਼ਿੰਮੇਵਾਰੀ ਆ ਕਿਤੇ ਮੇਰਾ ਚੁੱਲ੍ਹੇ ਬੰਨਿਓ ਕੰਮ ਕਰ ਜੇ, ਇੰਨਾ ਮਵਾਇਆ ਦਾ ਲਾਸਟ ਟਾਈਮ ਦਾ ਰਹਿੰਦਾ
ਭਾਂਡੇ ਮਾਂਜ ਕੇ ਮੱਝਾਂ ਬੰਨ ਕੇ ਅਸੀਂ ਫੇਰ ਆਟਾ ਗੁੰਨੀਏ। ਜੋਤ ਸਿੰਘ ਨਾ ਅਸੀਂ ਪੈਣ ਵੇਲੇ ਜਮਾ ਜੋ ਪੈਣਾ ਹੋ ਗਿਆ ਕਿਉਂਕਿ ਗਰਮੀ ਬਹੁਤ ਹੈ। ਪਹਿਲਾਂ ਵਾੜੀ ਰਮਾਈ ਆ ਬਹੁਤ ਕੰਮ ਹੋ ਜਾਂਦੀ ਹੈ। ਪਤਾ ਨਹੀਂ ਉਹ ਲੈ ਕੇ ਆਉਣਗੇ ਪਤਾਈਆਂ। ਅੰਦਰੋਂ ਪੱਖਿਆਂ ਥੱਲੇ ਖੋਲ ਕੇ ਬਾਹਰੇ ਪੱਖਿਆਂ ਥੱਲੇ ਬਾਹਰੋਂ ਖੋਲ ਕੇ ਅੰਦਰੋਂ ਆ ਜਾ ਕੁਛ ਨਹੀਂ ਕਿਤੇ ਜਾਂਦਾ ਹੈ। ਚੱਲ ਲਾਉਣੀਆਂ ਪੱਖਾ ਲਾਉਣੀਆਂ ਲਾਉਣੀਆਂ ਆ ਤਾਂ ਬੰਦ ਕਰ ਦੇ ਮਾਂ। ਚਲੋ ਜੀ ਆਪਾਂ ਮੱਝਾਂ ਬੰਨਦੇ ਬਾਅਦ ਚ ਮਿਲਦੇ ਆ ਮੱਝਾਂ ਨਾ ਕਰਨਾ ਤਾਂ ਵੀ ਚੁੱਲ੍ਹੇ ਨਾ ਕਰਨਾ ਤਾਂ ਵੀ ਸਾਫ਼ ਸਫਾਈ ਨਾ ਕਰਨਾ ਤਾਂ ਵੀ ਕੱਪੜੇ ਧੋਣੇ ਤਾਂ ਵੀ ਸਾਫ਼ ਸਫਾਈ ਦੋ ਦਿਨ ਹੀ ਕੀਤਾ ਹੁਣ ਅਸੀਂ ਵੀ ਕਰਦੇ ਹਾਂ ਫਿਰ ਹੁਣ ਹੁਣ ਤਾਂ ਕਰਨਾ ਗਾ। ਕੱਲਾ ਪੋਚਾ ਲਾ ਦੇਣੀ ਝਾੜੂ ਤਾਂ ਮੈਂ ਹੀ ਲਾਉਣੀ ਹੁੰਦੀ ਹੈਗੀ ਝਾੜੂ ਵੀ ਅਸੀਂ ਆਪ ਹੀ ਲਾਉਂਦੇ ਹੁੰਦੇ ਸੀ। ਹਾਂ ਲਾਉਂਦੀ ਹੁੰਦੀ ਸੀ ਝਾੜੂ ਗੱਲਾਂ ਨਾਲ ਕੌਣ ਆਉਂਦੇ ਸੀ ਉੱਪਰ ਨੀਚੇ ਕੌਣ ਝਾੜੂ ਲਾਉਂਦੇ ਸੀ ਕਾਵਰਾ ਵਿਹੜੇ ਤਾਂ ਮੈਂ ਹੀ ਸੰਭਰਕ ਵਿਹੜੇ 'ਚ ਵੀ ਉਸ ਤਾਂ ਕਿਹਾ ਸੀ ਸੰਭਰਦਾ ਉੱਠਦੇ ਤਾਂ ਹੈ ਨਹੀਂ ਸਵੇਰ 7 ਵਜੇ ਤੱਕ 5 ਵਜੇ 12 ਮਿੰਟ ਦਾ ਉੱਠ ਖੜੀ ਸੀ। ਗੱਲਾਂ ਨਾਲ ਤਾਂ ਸਾਰਾ ਕੁਛ ਹੀ ਹੋ ਜਾਂਦਾ। ਲਓ ਜੀ ਹੁਣ ਲੱਗੇ ਨੇ ਕੱਖ ਪਾਉਣ ਖੇਤੋਂ ਆ ਕੇ ਬਸ ਮੋਬਾਈਲ ਤੇ ਬਹਿ ਗਏ ਦੁੱਧ ਪਾਇਆ ਏ ਉਹ ਬੇਹੇ ਆਟੇ ਰੋਟੀ ਕੀ ਮੋਟੀ ਤਾਂ ਕਰਕੇ ਨਹੀਂ ਚੁੱਲੀ ਹੈਗੀ ਜਿਹੜਾ ਬੇਹੇ ਆਟੇ ਰੋਟੀ ਕੱਖ ਖੋਲਦੀ ਹੈ ਜੀ। ਨਹੀਂ ਮੈਂ ਥੋੜ੍ਹਾ ਜਿਹਾ ਆਟਾ ਗੁੰਦੀ ਹੁੰਦੀ ਹਾਂ ਵੀ ਹੈ ਨਾ ਬੇਹੇ ਜਿਹੇ ਆਟੇ ਦੀ ਰੋਟੀ ਵਧੀਆ ਨਹੀਂ ਪਾਉਂਦੀ ਫਿਰ ਵੱਲੋਂ ਵੱਲੀ ਇੱਕ ਦੋ ਰੋਟੀਆਂ ਦਾ ਬਚ ਹੀ ਰਹਿੰਦਾ ਗਾ। ਰੋਟੀ ਲਾ ਕੇ ਖਾ ਕੇ ਭਾਂਡੇ ਮਾਂਜ ਕੇ ਫਿਰ ਨਾ ਹੋਊਗੀ ਸੱਜੇ ਆਟੇ ਰੋਟੀਆਂ ਖੁੱਲੀ ਜਾਂਦੀਆਂ। ਰੋਟੀਆਂ ਸਾਰੀ 15 ਕੁ ਪੱਕਦੀਆਂ ਨੇ ਆਥਣ ਵੇਲ ਤਾਂ 15 ਚੋਂ ਵੀ ਬਚ ਰਹਿੰਦੀਆਂ ਨੇ ਮੈਂ 15 ਪਕਾ ਲੈਣੀ ਹੈ ਨਾ ਕਈ ਵਾਰੀ ਵੀ ਥੋੜ੍ਹੀ ਥੋੜ੍ਹੀ ਨਾ ਰਹੇ ਜੀ। 7:30 ਦਾ ਟਾਈਮ ਹੋ ਗਿਆ ਹੋਊ ਹੁਣ ਅਤੇ ਬਸ ਰੋਟੀ ਖਾ ਕੇ ਨਹਾ ਕੇ ਬਿਸਤਰਿਆਂ 'ਚ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਐਂਡ। ਜੇਕਰ ਚੈਨਲ 'ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਮਿਲਾਂਗੇ ਕੱਲ੍ਹ ਨੂੰ ਕਿਸੇ ਨਵੇਂ ਵਲੋਗ ਨਾਲ। ਅੱਜ ਦੇ ਵਲੋਗ 'ਚ ਇੱਥੇ ਐਂਡ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।